किसान एक बार फिर चंडीगढ़ वाल कूच कर रहे ने। 26, 27, 28 तीन दिन चंडीगढ़ दे विच प्रदर्शन करना है। चंडीगढ़ मोहाली बार्डर ते किसान पहुंचने शुरू हो गए हैं। हालांकि प्रदर्शन कल नूं है पर अज रात नूं इत्थे किसान पहुंचने शुरू हो गए हैं। मेरे पिछे तुसीं तस्वीरां देख सकते हैं कि किसान इत्थे अपना तामझाम लैके प्रबंध करके पहुंचने शुरू हो गए ने। हले प्रदर्शन कल नूं शुरू होना है। प्रदर्शन कल नूं होना जी कि रात नूं ही आ गए? ਅਸੀਂ ਜੀ ਹੁਣ ਰਾਤ ਨੂੰ ਸੀ, ਕੱਲ ਨੂੰ ਸੀ, ਟਰਾਲੀਆਂ ਤੇ ਲੇਟ ਹੋ ਜਾਂਦੇ ਜੀ। ਕੱਲ ਨੂੰ ਸਾਡਾ ਸ਼ੁਰੂ ਹੈਗਾ, ਕੱਲ ਨੂੰ 26, 27, 28 ਤੱਕ ਹੈ। ਤੁਸੀਂ ਆਏ ਕਿੱਥੋਂ? ਤੁਸੀਂ ਕਿਹੜਾ ਇਲਾਕਾ? ਅਸੀਂ ਜੀ ਮਾਨਸਾ ਜ਼ਿਲ੍ਹਾ ਤੇ ਤਾਂ ਮਾਨਸਾ ਹੀ ਨੇ, ਬਾਕੀ ਆ ਰਹੇ ਨੇ ਟਰੈਕਟਰ ਸਾਡੇ ਦਾ। ਮਾਨਸਾ ਵਾਲੇ ਦੂਰੋਂ ਪਹਿਲਾਂ ਆ ਗਏ? ਹਾਂ ਜੀ, ਦੂਰੋਂ ਪਹਿਲਾਂ, ਬਾਕੀ ਆ ਰਹੇ ਦੂਜੇ ਵੀ ਆ ਰਹੇ ਨੇ ਜੀ। 8 ਵਜੇ 9 ਵਜੇ ਨੂੰ ਟਰਾਲੀਆਂ ਸਾਡੀਆਂ ਆ ਜਾਣਗੀਆਂ ਤੇ ਰਸਤੇ ਵਿੱਚ ਆ ਰਹੇ ਨੇ। ਬਹੁਤ ਵੱਡਾ ਕਾਫਲਾ ਜੀ ਕੱਲ ਨੂੰ ਸਾਡਾ ਜੀ। ਮੰਨ ਲਓ ਵੀ ਸਰਕਾਰ ਨਾਲ ਕੋਈ ਦੁਸ਼ਮਣੀ ਨਹੀਂ, ਸਾਡੀ ਸਰਕਾਰ ਆਪਦੀ ਹੈ, ਭਾਈਚਾਰੇ ਹੀ ਹੈ, ਕੋਈ ਗੱਲ ਨਹੀਂ। ਸਾਡੀ ਨੇੜੇ ਕੋਈ ਗੱਲ ਸੁਣਦੀ ਹੈ, ਗੱਲ ਕਰ ਵੀ ਪਿਆਰ ਸਰਕਾਰ ਕਰਦੀ, ਅਸੀਂ ਵੀ ਪਿਆਰ ਕਰਦੇ ਹਾਂ। ਕਿਉਂ ਆ ਵੀ ਅਸੀਂ ਵੀ ਸੋਡੀ ਆ, ਸਰਕਾਰ ਵੀ ਆਪਣੀ ਆ। ਸੁਨੇਹਾ ਦੇਣ ਆਏ? ਸੁਨੇਹਾ ਦੇਣ ਆਇਆ। ਬਾਕੀ ਜੇ ਸੈਂਟਰ ਸਰਕਾਰ ਜਿਹੜਾ ਜ਼ੁਲਮ ਹੋ ਰਿਹਾ, ਮੈਂ ਕੱਲ ਇੱਕ ਖਬਰ ਪੜ੍ਹੀ ਸੀ ਜੀ, ਤੋਮਰ ਦਾ 12.5 ਕਰੋੜ 12.5 ਕਰੋੜ ਰੁਪਇਆ ਅਮਰੀਕਾ ਜੋ ਕੋਈ ਬੈਨ ਦੇ ਰਿਹਾ, ਕਹਿੰਦਾ ਮੇਰੇ ਹੱਥੀਂ ਕੈਨੇਡਾ ਚ ਅਮਰੀਕਾ ਚ ਆ ਗਿਆ 12.5 ਕਰੋੜ ਰੁਪਇਆ ਤੋਮਰ ਦਾ। ਕਹਿੰਦਾ ਮੈਂ ਨੰਗੇ ਕਰਕੇ ਦਿਖਾ ਦੇਣਾ ਤੁਹਾਨੂੰ, ਮੈਂ ਮੇਰੇ ਹੱਥੀਂ ਆਇਆ, ਮੈਂ ਦਲਾਲ ਹਾਂ। ਕਹਿੰਦਾ ਮੈਂ ਤਾਂ 2% ਦਲਾਲਗੀ ਲਈ ਹੈ ਤੇ ਬਾਕੀ ਜਿਹੜੇ ਮੇਰਾ ਦਲਾਲਗੀ, ਮੈਨੂੰ ਕੀ ਪਤਾ ਕੋਈ ਚੋਰੀ ਕਰਕੇ ਲਿਆ, ਮੈਂ ਦਲਾਲਗੀ ਸੌਦਾ ਕਰਿਆ, ਮੈਂ ਤਾਂ ਜਮ੍ਹਾਂ ਕਰਾਏ ਨੇ ਪੈਸੇ, ਕੁਛ ਵੀ ਉਹਨੇ ਕੀਤਾ। ਉਹ ਕਹਿੰਦਾ ਮੈਂ ਮੇਰੇ ਨਾਲ ਗੱਲ ਕਰੋ, 12.5 ਕਰੋੜ ਕੱਲੇ ਤੋਂਬਰ ਦਾ ਕੈਨੇਡਾ ਵਿੱਚ ਆਇਆ ਹੋਇਆ ਹੈਗਾ। ਉਹ ਜੇ ਲੋਕਾਂ ਨੂੰ ਫੜਨਾ ਚਾਹੀਦਾ ਤੇ ਉਹ ਜੇ ਲੋਕਾਂ ਨੂੰ ਫੜ ਕੇ ਉਹ ਪੈਸਾ ਸਾਡੀ ਪਰਾਲੀ ਸਾਡੇ ਕਿਸਾਨਾਂ ਨੂੰ ਦਿੱਤਾ ਜਾਵੇ ਤਾਂ ਅਸੀਂ ਪਰਾਲੀ ਸਾਂਭ ਲਈਏ। ਪਰਾਲੀ ਸਾਂਭੀਏ ਤਾਂ ਦੇਸ਼ ਦਾ ਜਿਹੜਾ ਨੁਕਸਾਨ ਹੋ ਰਿਹਾ, ਸਾਡੇ ਬੱਚਿਆਂ ਦਾ ਨੁਕਸਾਨ ਹੋ ਰਿਹਾ, ਧੁੰਦਲਾ ਹੋ ਰਿਹਾ, ਖੇਤਾਂ ਦਾ ਨੁਕਸਾਨ ਹੋ ਰਿਹਾ, ਰੁੱਖਾਂ ਦਾ ਨੁਕਸਾਨ ਹੋ ਰਿਹਾ, ਬੱਚੇ ਮਰ ਰਹੇ ਨੇ ਜਾਨਵਰ, ਉਹਦਾ ਕਰਕੇ ਉਹ ਜਿਹੇ ਚੋਰਾਂ ਨੂੰ ਫੜੇ। ਜਿਵੇਂ ਅਸੀਂ ਸਰਕਾਰ ਨੂੰ ਕਹਿੰਦੇ ਭਗਵੰਤ ਮਾਨ ਠੀਕ ਕਹਿੰਦੇ, ਇਹੋ ਜਿਹੇ ਵੱਡੇ ਵੱਡੇ ਨੂੰ ਫੜੇ, ਅਸੀਂ ਸਹਿਮਤੀ ਆ ਨਾਲ ਆ ਤੇ ਉਹਨਾਂ ਨੂੰ ਸਰਕਾਰ ਸੈਂਟਰ ਵੀ ਫੜੇ ਤੇ ਉਹ ਪੈਸਾ ਵਾਪਸ ਆਵੇ ਆਪਣਾ ਤੇ ਆਪਣਾ ਇੰਡੀਆ, ਭਾਰਤ, ਪੰਜਾਬ ਸੁਖੀ ਹੋਵੇ ਤੇ ਕਿਸਾਨ ਖੁਸ਼ਹਾਲ ਹੋਵੇ। ਤੁਸੀਂ ਕਿੱਥੋਂ ਆਏ? ਮਾਖਾ ਜਨਾ ਮਿੰਡ ਜ਼ਿਲ੍ਹਾ ਮਾਨਸਾ। ਤੁਸੀਂ ਮਾਨਸਾ ਵਾਲੇ ਹੋ? ਹਾਂਜੀ, ਇਹ ਮਾਨਸਾ ਵਾਲਾ ਜਥਾ ਹੈ ਤਾਂ ਇਹ ਮਾਨਸਾ ਵਾਲਾ ਜਥਾ ਹੈ ਜੀ। ਇਹ ਤੁਸੀਂ ਦੇਖ ਸਕਦੇ ਗੱਦੇ ਗੁੱਦੇ ਪੂਰੇ ਲਿਆ ਕੇ ਸਾਰਾ ਪ੍ਰਬੰਧ ਵਿੱਚ ਭਾਂਡੇ ਟਿੰਡੇ ਵੀ ਨਜ਼ਰ ਆ ਰਹੇ ਆ ਔਰ ਕਿਸਾਨ ਜਿਹੜੇ ਨੇ ਵੱਖ ਵੱਖ ਜ਼ਿਲ੍ਹਿਆਂ ਤੋਂ ਇੱਥੇ ਪਹੁੰਚਣੇ ਸ਼ੁਰੂ ਹੋ ਗਏ ਨੇ। ਹਾਲਾਂਕਿ 26 ਤਰੀਕ ਦਾ ਸਮਾਂ ਹੈ ਪਰ 25 ਦੀ ਰਾਤ ਨੂੰ ਹੀ ਇੱਥੇ ਮਾਹੌਲ ਤੁਸੀਂ ਦੇਖ ਰਹੇ ਹਾਂ ਕਿ ਬੇਸ਼ੱਕ ਠੰਡ ਵੀ ਸ਼ੁਰੂ ਹੋ ਗਈ ਹੈ ਪਰ ਇਹ ਪਹੁੰਚ ਗਏ ਨੇ ਪਿੰਡ 21 ਅਲੀ ਸ਼ੇਰ। ਲਓ ਜੀ, ਆਪੋ ਆਪਣੇ ਜਿਹੜੇ ਨੇ ਪੋਸਟਰ ਲੱਗੇ ਨੇ ਕਿ ਭਾਈ ਕੌਣ ਕਿੱਥੋਂ ਆਇਆ, ਕੌਣ ਕਿੱਥੋਂ ਆਇਆ। ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, 11 ਫੇਸ ਹੈ ਜੀ ਚੰਡੀਗੜ੍ਹ ਮੋਹਾਲੀ ਬੈਰੀਅਰ ਔਰ ਇੱਥੇ ਤੁਸੀਂ ਦੂਰ ਤੱਕ ਨਜ਼ਰ ਮਾਰੋਗੇ ਤਾਂ ਤੁਹਾਨੂੰ ਨਜ਼ਰ ਆਏਗਾ ਕਿ ਅੱਗੇ ਲਾਈਨ ਜਿਹੜੀ ਲੱਗਣੀ ਸ਼ੁਰੂ ਹੋ ਗਈ ਹੈ। ਇੱਧਰ ਕਿਸਾਨ ਖੜੇ ਨੇ ਬਲਾਕ ਝਨੀਰ, ਇਹ ਬਠਿੰਡਾ ਇਲਾਕਾ, ਤਾਂ ਇਹ ਤੁਹਾਡੇ ਸਾਹਮਣੇ ਹੈ ਜੀ। ਕਿਸਾਨ ਵੱਖ ਵੱਖ ਥਾਵਾਂ ਤੋਂ ਇੱਥੇ ਪਹੁੰਚ ਰਹੇ ਨੇ, ਤਿਆਰੀਆਂ ਦੇ ਨਾਲ ਪਹੁੰਚੇ ਨੇ। ਇੱਧਰ ਕਾਰਾਂ ਤੇ ਸਪੀਕਰ ਲੱਗੇ ਨੇ ਬਲਾਕ ਮਾਨਸਾ। ਮਾਨਸਾ ਵਾਲੇ ਬਾਲੇ ਕਾਲੇ ਹੋਏ ਗਏ ਜੀ, ਉਹ ਪਿੱਛੇ ਵੀ ਮਾਨਸਾ ਵਾਲੇ ਹੀ ਖੜੇ ਆ। ਅੱਛਾ ਜੀ, ਅੱਛਾ, ਅਸੀਂ ਜੀ ਮਾਨਸਾ ਜਿਹਦੇ ਵੱਲੋਂ ਤਾਂ ਆਏ ਹੈਗੇ, ਇੱਕ ਸਾਡੀ ਥੋੜੀ ਬਾੜ ਦੂਰ ਹੈਗੀ, ਇਸ ਕਰਕੇ ਆਏ ਹੈਗੇ। ਬਾਕੀ ਸਿਰੇ ਅਸੀਂ ਜਿਹੜਾ ਕਹਿਣਾ ਚਾਹੁੰਦੇ ਭਾਰਤ ਸਰਕਾਰ ਨੂੰ ਦਿਖਾਉਂਦਾ ਵੱਲੋਂ ਜੀ, ਵੀ ਜੋ ਪੰਜਾਬ ਸਰਕਾਰ ਨੇ ਔਰ ਸੈਂਟਰ ਦੀ ਸਰਕਾਰ ਨੇ ਪਹਿਲਾਂ 3 ਕਾਲੇ ਖੂਨ ਸੀਗੇ, ਉਹ ਅਸੀਂ 13 ਮਹੀਨਿਆਂ ਵਿੱਚ ਵਾਪਸ ਕਰਾਏ ਨੇਗੇ ਤੇ ਹੁਣ ਅਸੀਂ ਗਵਰਨਰ ਦਾ ਘਰੋਂ ਕਰਨ ਆਏ ਹੈਗੇ ਵੀ ਜਿਹੜੇ ਆਪਣੇ ਰਹੀਆਂ ਮੰਗਾਂ ਨੇ ਉਹ ਪੂਰੀਆਂ ਕਰਾ ਕੇ ਜਾਵਾਂਗੇ ਤੇ ਜੇ ਕੋਈ ਅੱਗੇ ਸਾਡਾ ਮੋਰਚਾ ਵਧਿਆ ਤਾਂ ਉਹ ਪੰਜਾਬ ਸਰਕਾਰ ਨਾਲ ਸਾਡਾ ਹੋਊਗਾ। ਤਾਂ ਲਓ ਜੀ, ਕਹਿੰਦੇ ਪਹਿਲਾਂ ਕੇਂਦਰ ਤੋਂ ਕਾਨੂੰਨ ਵਾਪਸ ਕਰਾਏ ਸੀ, ਹੁਣ ਅਸੀਂ ਇੱਥੇ ਆ ਗਏ ਹਾਂ। ਪੂਰੇ ਦੇਸ਼ 'ਚ ਪ੍ਰਦਰਸ਼ਨ ਚੱਲ ਰਿਹਾ ਤੇ ਸਰਕਾਰ ਟਾਈਮ ਨਾਲ ਗੱਲ ਸੁਣ ਲੈ, ਨਹੀਂ ਤਾਂ ਪ੍ਰਦਰਸ਼ਨ ਵੱਧ ਸਕਦਾ। ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਜੀ, ਹਲੇ ਤੁਹਾਨੂੰ ਅੱਗੇ ਹੋਰ ਤਸਵੀਰਾਂ ਦਿਖਾਉਣੇ ਆ। ਇੱਕ ਟਰੈਕਟਰ ਟਰਾਲੀ ਦੇਖ ਲਓ, ਜਿਵੇਂ ਅਸੀਂ ਪਹਿਲਾਂ ਦਿੱਲੀ ਧਰਨੇ ਦੇ ਵਿੱਚ ਦੇਖੇ ਸੀ ਟਰੈਕਟਰ ਟਰਾਲੀਆਂ, ਉਹ ਤਸਵੀਰ ਇੱਥੇ ਵੀ ਨਜ਼ਰ ਆ ਰਹੀ ਹੈ। ਕਿਸਾਨੀ ਝੰਡੇ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਔਰ ਇਸ ਤੋਂ ਅੱਗੇ ਤੁਹਾਨੂੰ ਇੱਕ ਹੋਰ ਤਸਵੀਰ ਦਿਖਾਵਾਂਗੇ। ਦੇਖੋ ਇਹ ਟਰੈਕਟਰ ਹੈ ਜਿਹੜਾ, ਉਹ ਇੱਥੇ ਖੜਾ ਹੈ। ਵੱਖ ਵੱਖ ਸਾਧਨਾਂ ਤੇ ਜਿਹੜੇ ਕਿਸਾਨ ਪਹੁੰਚੇ ਨੇ, ਇਹ ਕਿਸਾਨ ਆਗੂਆਂ ਦੀਆਂ ਇੱਧਰ ਗੱਡੀਆਂ ਵੀ ਨਜ਼ਰ ਆ ਰਹੀਆਂ ਨੇ ਔਰ ਇੱਕ ਤਸਵੀਰ ਆ ਦੇਖੋ ਤੁਸੀਂ, ਸਪੀਕਰ ਵੇਖੋ ਲੱਦੇ ਤੇ ਤੁਹਾਨੂੰ ਇੱਥੋਂ ਅੰਦਾਜ਼ਾ ਲੱਗ ਜੂਗਾ ਕਿ ਜੇ ਇਹ ਇੱਕ ਗੱਡੀ ਹੈ ਸਪੀਕਰਾਂ ਵਾਲੀ ਅਜੇ ਤੇ ਇਹੋ ਜਿਹੀਆਂ ਕਿੰਨੀਆਂ ਗੱਡੀਆਂ ਇੱਥੇ ਆਉਣੀਆਂ ਹੋਣਗੀਆਂ ਤੇ ਇਹਨਾਂ ਸਪੀਕਰਾਂ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਵੀ ਐਡੇ ਐਡੇ ਸਪੀਕਰ ਇੰਨੀ ਗਿਣਤੀ ਦੇ ਵਿੱਚ ਇਹਨਾਂ ਦੀ ਲੋੜ ਕਿਵੇਂ ਪਈ। ਲੋੜ ਇਉਂ ਪਈ ਕਿ ਕਹਿੰਦੇ ਨੇ ਕਿ ਹਜ਼ਾਰਾਂ ਦੀ ਗਿਣਤੀ 'ਚ ਕਿਸਾਨਾਂ ਨੇ ਇੱਥੇ ਪਹੁੰਚਣਾ ਤੇ ਇੰਨੇ ਕਿਸਾਨਾਂ ਤੱਕ ਆਵਾਜ਼ ਪਹੁੰਚਾਉਣ ਲਈ ਇਹ ਸਪੀਕਰ ਕੰਮ ਆਉਣਗੇ। ਇੱਧਰ ਆਪਸ ਦੇ ਵਿੱਚ ਜਿਹੜੇ ਸੀਨੀਅਰ ਆਗੂ ਨੇ ਕਿਸਾਨਾਂ ਦੇ, ਉਹ ਇੱਥੇ ਗੱਲਬਾਤ ਕਰ ਰਹੇ ਨੇ। ਹਰਿੰਦਰ ਸਿੰਘ ਲੱਖੋਵਾਲ ਨੇ, ਬੂਟਾ ਸਿੰਘ ਬੁਰਜਗਿੱਲ ਨੇ ਔਰ ਇੱਕ ਤਸਵੀਰ ਤੁਹਾਨੂੰ ਹੁਣ ਹੋਰ ਦਿਖਾਉਣੇ ਆ ਕਿ ਇੱਕ ਸੜਕ ਬਲੌਕ ਹੋ ਗਈ ਹੈ, ਚੰਡੀਗੜ੍ਹ ਨੂੰ ਜਾਂਦੀ ਸੜਕ ਬੰਦ ਹੋ ਗਈ ਹੈ। ਇਹ ਤਸਵੀਰ ਦੇਖੋ, ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ, ਐਸਪੀ ਰੈਂਕ ਦੇ ਅਧਿਕਾਰੀ ਇੱਥੇ ਤਾਇਨਾਤ ਕੀਤੇ ਹੋਏ ਨੇ ਔਰ ਇਹ ਇੱਕ ਰੋਡ ਹੈ ਜਿਹੜੀ ਉਹ ਬਲੌਕ ਹੋ ਚੁੱਕੀ ਹੈ, ਇਹ ਸੜਕ ਨੂੰ ਬੰਦ ਕਰ ਦਿੱਤਾ ਗਿਆ ਜਿਹੜੀ ਸੜਕ ਮੋਹਾਲੀ ਤੋਂ ਚੰਡੀਗੜ੍ਹ ਨੂੰ ਜਾਂਦੀ ਹੈ।
डीएसपी बल सामने नजर आ रहे ने और ये तस्वीर एक सड़क नूं ब्लॉक कर दिता गया। डिप्टी साहब खड़ जाओ जी, थोड़ा दस जो एक सड़क है जी हूं ही ब्लॉक कर दी गई। नहीं बेसिकली उन्होंने जो अपने स्टेज वगैरह पंडाल की तैयारी करनी है, इस करके एवं कोई अनटूवर्ड इंसीडेंट ना हो जाए ओके करके असि अपने तौर पर बंद की। एक सड़क बंद कर दी ताम जाम ला लैन प्रबंध कर लैन ओते जी दूसरी रोड है ओनू असि टू वे करता है भी ट्रैफिक वैसे रेगुलर चल रही है, उधरों भी ट्रैफिक आ रही है ते इधरों भी जा रही है। अच्छा सवेरे कितने बजे तो जी रोड पूरी तरह ब्लॉक हो जाएगी लोगों की जानकारी ली? सात बजे सवेरे बिल्कुल बंद हो जाऊगी जी। ये जी 47 तो आउंदी है एयरपोर्ट नूं जी रोड जा रही है जगतपुरा ते 11 फेज दा नहीं ये बिल्कुल बंद हो जाऊगी। सवेरे 7 बजे जमा दोनों पासों बंद हो जाऊगी, एक पासा बंद हो चुका है, पिछे तस्वीर तुहाडे सामने बैरीकेड ला दिते गए ने ताकि किसी किस्म की दिक्कत ना आवे। और ये इत्थे इस वेले चंडीगढ़ और पंजाब का जिहड़ा बैरियर है उत्थे ये बैरीकेडिंग कर दिती गई है ताकि एक सड़क ते जिहड़े किसान क्योंकि किसान ने रात नूं पहुंचना है तो वह किसान इत्थे जे पहुंचदे ने जिवें जिवें पहुंच रहे ने वह आपदा इत्थे प्रबंध कर लैणगे, इत्थे टेंट ला सकदे ने, इत्थे वह आपदा स्टेज ला सकदे ने, किसान साडे नाल ने होर। ਹਾਂਜੀ ਭਾਈ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ? ਭਾਈ ਮਾਨਸਾ ਤੋਂ ਆਏ ਆ, ਮਹਿੰਦਰ ਸਿੰਘ ਭੈਣੀ ਵਾਗਾ ਬੀਕੇਜੂ ਡਕਾਉਂਦਾ ਦੇ ਜ਼ਿਲ੍ਹੇ ਦਾ ਜਨਰਲ ਸਕੱਤਰ ਜੀ। ਸਰਕਾਰ ਦੀ ਪੋਲ ਇਸ ਤਰ੍ਹਾਂ ਖੁੱਲ ਗਈ ਕਿਉਂਕਿ ਸਾਨੂੰ ਸਰਕਾਰ ਜਦੋਂ ਅਸੀਂ ਕਿਤੇ ਧਰਨਾ ਲਾਉਂਦੇ ਹਾਂ ਕਹਿੰਦੀ ਆ ਵੀ ਸਾਡੇ ਘਰੇ ਆਓ ਦਫ਼ਤਰਾਂ 'ਚ ਆਓ ਖੁੱਲੇ ਆ, ਪਰ ਅੱਜ ਆਹ ਦੇਖੋ ਬੈਰੀਗੇਟ ਤੁਹਾਡੇ ਟੀਵੀ ਦੇ ਵਿੱਚ ਦੇਖੇ ਆ ਤੁਸੀਂ, ਬੈਰੀਗੇਟ ਲਾਏ ਹੋਏ ਨੇ, ਕੋਈ ਪ੍ਰਬੰਧ ਨਹੀਂ ਹੈਗਾ ਇੱਥੇ ਸੜਕਾਂ 'ਤੇ ਖੜਿਆ। ਸਾਡੇ ਨਾਲ ਮਾਨਸਾ ਤੋਂ ਔਰਤਾਂ ਆਈਆਂ ਨੇ ਵੱਡੀ ਗਿਣਤੀ ਦੇ ਵਿੱਚ, ਹੁਣ ਔਰਤਾਂ ਨੂੰ ਕਿੱਥੇ ਲੈ ਕੇ ਜਾਈਏ? ਇਹ ਕਹਿੰਦੇ ਸੀ ਵੀ ਤੁਹਾਡਾ ਉੱਥੇ ਸਾਰਾ ਲੈਟਰਿੰਗਾਂ ਦਾ ਪ੍ਰਬੰਧ ਹੈ, ਪਾਣੀ ਦਾ ਪ੍ਰਬੰਧ ਹੈ, ਇੱਥੋਂ ਸਰਕਾਰ ਦਾ ਪਤਾ ਲੱਗ ਰਿਹਾ। ਆਮ ਸਰਕਾਰ ਕਹਿ ਦਿੰਦੇ ਆ ਵੀ ਭਗਵੰਤ ਮਾਨ ਦੀ ਆਮ ਆ ਖਾਸ ਬਣ ਗਈ ਆ ਉਹ, ਤਾਂ ਪਾਣੀ ਤੱਕ ਦਾ ਕਹਿੰਦੇ ਪ੍ਰਬੰਧ ਹੋਣਾ ਚਾਹੀਦਾ। ਹਾਲਾਂਕਿ ਥੋੜੀ ਦੇਰ ਪਹਿਲਾਂ ਕਿਸਾਨ ਆਗੂ ਉਹਦੇ ਨਾਲ ਗੱਲ ਹੋ ਰਹੀ ਸੀ, ਉਹਨਾਂ ਦਾ ਕਹਿਣਾ ਸੀ ਕਿ ਅਫਸਰਾਂ ਨਾਲ ਗੱਲ ਹੋਈ ਆ, ਅਧਿਕਾਰੀਆਂ ਨਾਲ ਗੱਲ ਹੋਈ ਆ, ਤਾਂ ਕਿਹਾ ਗਿਆ ਕਿ ਪਾਣੀ ਵਗੈਰਾ ਦਾ ਪ੍ਰਬੰਧ ਜਿਹੜਾ ਉਹ ਕੀਤਾ ਜਾਏਗਾ। ਇਹ ਪਿੱਛੇ ਦੀ ਤਸਵੀਰ ਤੁਹਾਡੇ ਸਾਹਮਣੇ ਆ ਕਿ ਕਿਸਾਨ ਆਗੂ ਜਿਹੜੇ ਨੇ ਉਹ ਆਪਸ ਦੇ ਵਿੱਚ ਚਰਚਾ ਵੀ ਕਰ ਰਹੇ ਨੇ, ਗੱਲਬਾਤ ਵੀ ਕਰ ਰਹੇ ਨੇ ਤਾਂ ਕਿ ਪ੍ਰਬੰਧ ਜਿਹੜੇ ਨੇ ਉਹ ਕੀਤੇ ਜਾ ਸਕਣ। ਆਪਸ ਦੇ ਵਿੱਚ ਤੁਹਾਡੀ ਚਰਚਾ ਲਗਾਤਾਰ ਚੱਲ ਰਹੀ ਹੈ ਜੀ, ਕੀ ਕੁਝ ਚਰਚਾਵਾਂ ਹੁਣ ਹੋਈਆਂ ਨੇ ਤੜਕੇ 7 ਵਜੇ ਕਹਿੰਦੇ ਪੂਰੀ ਸੜਕ ਜਿਹੜੀ ਬੰਦ ਹੋ ਜਾਣੀ? ਬਿਲਕੁਲ ਬੰਦ ਹੋ ਜਾਣੀ ਹੈ, ਸਾਰੇ ਪੰਜਾਬ 'ਚੋਂ ਲਗਭਗ ਬਾਰਡਰ ਦੇ ਜ਼ਿਲ੍ਹਿਆਂ 'ਚੋਂ ਕਿਸਾਨ ਚੱਲ ਪਏ ਨੇ, ਕੋਈ ਸਰਹੰਦ ਰੁਕੇਗਾ, ਕੋਈ ਰੋਪੜ ਰੁਕੇਗਾ, ਕੋਈ ਅੰਬ ਸਾਹਿਬ ਆਊਗਾ। ਸਵੇਰੇ ਲਗਭਗ ਇੱਥੇ ਤੁਸੀਂ ਦੇਖੋਗੇ ਕਿ 11 ਵਜੇ ਨੂੰ ਆਮਦ ਆਉਣੀ ਸ਼ੁਰੂ ਹੋ ਜਾਣੀ ਆ ਔਰ ਕੱਲ੍ਹ ਸ਼ਾਮ ਤੱਕ ਪੰਜਾਬ 'ਚੋਂ ਚੱਲੇ ਹੋਏ ਟਰੈਕਟਰ ਟਰਾਲੀਆਂ ਆਉਂਦੀਆਂ ਰਹਿਣਗੀਆਂ। ਅੱਛਾ ਪੂਰੀ ਜਿਹੜਾ ਵੱਡਾ ਇਕੱਠ ਹੋਣਾ ਉਹਨਾਂ ਨੂੰ ਕੰਟਰੋਲ ਦੇ ਵਿੱਚ ਵੀ ਰੱਖਿਆ ਜਾਵੇ, ਕਿਸੇ ਕਿਸਮ ਦੀ ਸਥਿਤੀ ਖਰਾਬ ਨਾ ਹੋਵੇ, ਹਾਲਾਤ ਨਾ ਵਿਗੜਨ, ਉਹਨੂੰ ਲੈ ਕੇ ਵੀ ਤੁਹਾਡੀਆਂ ਰਣਨੀਤੀ ਤਿਆਰ ਹੈ, ਮੀਟਿੰਗਾਂ ਕੀਤੀਆਂ ਜਾ ਰਹੀਆਂ? ਬਿਲਕੁਲ, ਅਸੀਂ ਅਲੱਗ ਅਲੱਗ ਕਮੇਟੀਆਂ ਬਣਾਈਆਂ ਨੇ, ਇੱਕ ਸੰਚਾਲਨ ਟੀਮ ਬਣਾਈ ਹੋਈ ਹੈ, ਤਿੰਨਾਂ ਦਿਨਾਂ ਦਾ ਪ੍ਰਧਾਨਗੀ ਮੰਡਲ ਸਾਡੇ ਕੋਲ ਡਿਸਾਈਡ ਹੋਇਆ ਹੋਇਆ, ਇੱਕ ਪ੍ਰੈਸ ਕਮੇਟੀ ਹੈ, ਇਸੇ ਤਰ੍ਹਾਂ ਵਲੰਟੀਅਰ ਟੀਮਾਂ ਬਣਾਈਆਂ ਹੋਈਆਂ। ਅੱਛਾ ਤੁਸੀਂ ਇਹ 11 ਫੀਸ ਦੇ ਕੋਲ ਜਿਹੜਾ ਧਰਨਾ ਹੈਗਾ ਉਹ ਲਾਉਣ ਦੀ ਤਿਆਰੀ ਹੋ ਗਈ, ਇੱਥੇ ਲੱਗੇਗਾ, ਇਸ ਤੋਂ ਅੱਗੇ ਜਾਣ ਦਾ ਕੋਈ ਤੁਹਾਡੀ ਤਿਆਰੀ ਹੈ? ਇਸ ਤੋਂ ਅੱਗੇ ਜਾਣਾ ਜਾਂ ਇੱਥੋਂ ਵਾਪਸ ਚਲੇ ਜਾਓਗੇ ਤਾਂ ਕਿ ਲੋਕਾਂ ਨੂੰ ਕਲੈਰਿਟੀ ਹੋ ਜਾਏ, ਸਪਸ਼ਟ ਹੋ ਜਾਏ ਕਿ ਇਦੂ ਗਾਂ ਦਾ ਲੋਕਾਂ ਨੂੰ ਪਰੇਸ਼ਾਨੀ ਨਹੀਂ, ਜਾਂ ਫਿਰ ਤੁਹਾਡਾ ਇਹ ਵੀ ਪ੍ਰੋਗਰਾਮ ਹੈ ਕਿ ਇਦੂ ਗਾਂ ਜਦੋਂ ਮਰਜ਼ੀ ਬੈਰੀਕੇਡ ਟੁੱਟਦੇ ਵੀ ਅਸੀਂ ਦੇਖੀਏ? ਦੇਖੋ ਇਹ ਸਾਰੀ ਸਥਿਤੀ ਇੱਕ ਵਾਰੀ ਅਖਾੜਾ ਉਰੇ ਜਮਾਵਾਂਗੇ, 27 ਤਰੀਕ ਨੂੰ ਅਸੀਂ ਸਾਰੀ ਸਥਿਤੀ ਅਸੈਸ ਕਰਾਂਗੇ, ਕਿਉਂਕਿ ਅਸੀਂ ਪੰਜਾਬ ਸਰਕਾਰ ਦੇ ਜਿਹੜੇ ਅਫੀਸ਼ੀਅਲ ਨੇ ਸਾਡੇ ਨਾਲ ਸੰਪਰਕ ਕੀਤਾ ਤਾਂ ਅਸੀਂ ਸਾਫ਼ ਦੱਸਤਾ ਸੀ ਵੀ ਗਵਰਨਰ ਵੀ ਹੈ ਤੇ ਪੰਜਾਬ ਸਰਕਾਰ ਦੀਆਂ ਮੰਗਾਂ ਵੀ ਨੇ, ਸੈਂਟਰ ਨੂੰ ਵੀ ਭੇਜਣੀਆਂ ਨੇ ਤੇ ਤੁਹਾਡੇ ਨਾਲ ਵੀ ਨੇ। ਉਸ ਮਾਮਲੇ 'ਚ ਡਿਵੈਲਪਮੈਂਟ ਕੀ ਹੁੰਦੀ ਹੈ ਇਹ 27 ਤਰੀਕ ਤੱਕ ਸਵੇਰ ਤੱਕ ਸਾਨੂੰ ਪਤਾ ਲੱਗ ਜਾਊਗਾ, 27 ਨੂੰ ਸਾਡੀ ਮੀਟਿੰਗ ਹੋਊ, ਕੱਲ 'ਚ ਕੋਈ ਫੈਸਲਾ ਨਹੀਂ, ਮੁਲਾਂਕਣ ਕਰਾਂਗੇ ਫਿਰ ਫੈਸਲਾ ਕਰਾਂਗੇ। ਤਾਂ ਕਹਿੰਦੇ ਨੇ ਜੀ ਹਾਲੇ ਤਾਂ ਤਿਆਰੀਆਂ ਚੱਲ ਰਹੀਆਂ ਨੇ, ਹਾਲਾਤ ਵੇਖਾਂਗੇ ਕਿ ਅੱਗੇ ਕੀ ਕਰਨਾ, ਅੱਗੇ ਫੈਸਲਾ ਕਿਸ ਤਰ੍ਹਾਂ ਦਾ ਕਰਨਾ। ਤਾਂ ਫਿਲਹਾਲ 26-27-28 ਦਾ ਧਰਨਾ ਜਿਹੜਾ ਹੈਗਾ ਉਹ ਚੰਡੀਗੜ੍ਹ ਦੇ ਔਰ ਮੋਹਾਲੀ ਦੇ ਬੈਰੀਅਰ ਦੇ ਤੇ ਦੇਣ ਦੀ ਤਿਆਰੀ ਹੈ, ਪਰ 27 ਦੀ ਮੀਟਿੰਗ ਤੋਂ ਬਾਅਦ ਕਹਿੰਦੇ ਦੇਖਾਂਗੇ ਕਿ ਇੱਥੇ ਹੀ ਰੁਕਣਾ ਕਿ ਚੰਡੀਗੜ੍ਹ ਵੱਲ ਗਵਰਨਰ ਹਾਊਸ ਵੱਲ ਕੂਚ ਕਰਨਾ। ਦੋਨਾਂ ਸਰਕਾਰਾਂ ਨੂੰ, ਕੇਂਦਰ ਦੇ ਲਈ ਗਵਰਨਰ, ਪੰਜਾਬ ਸਰਕਾਰ ਦੇ ਅਫਸਰਾਂ ਨੂੰ ਸੁਨੇਹਾ ਭੇਜ ਦਿੱਤਾ ਗਿਆ ਕਿ ਦੋਨੇ ਧਿਰਾਂ ਦੇ ਨਾਲ, ਦੋਨੇ ਸਰਕਾਰਾਂ ਦੇ ਨਾਲ ਸਾਡੀਆਂ ਮੰਗਾਂ ਨੂੰ ਲੈ ਕੇ ਗੱਲਬਾਤ ਕੀਤੀ ਜਾਵੇ ਤਾਂ ਕਿ ਮਸਲੇ ਦਾ ਹੱਲ ਹੋਵੇ। ਤੱਕ ਦਾਵਾ ਕਰਦੇ ਨੇ ਕਿ ਸਰਕਾਰ ਨੂੰ ਅਸੀਂ ਕਿਸਾਨਾਂ ਦੀ ਤਾਕਤ ਦਿਖਾਉਣੀ ਹੈ। ਕੈਮਰਾਮੈਨ ਅਜੇ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਚੰਡੀਗੜ੍ਹ ਮੋਹਾਲੀ ਬੈਰੀਅਰ ਫੇਸ 11।